ਉਸ ਕੱਪੜੇ ਨੂੰ ਕੈਂਚੀ ਦੀ ਮਾਰ ਸਹਿਣੀ ਪਈ, ਉਹਨੂੰ ਕੈਂਚੀ ਨਾਲ ਕੱਟਿਆ ਗਿਆ। ਕੈਂਚੀ ਦੇ ਨਾਲ ਕੱਟ ਤੇ ਦਿੱਤਾ ਪਰ ਉਹ ਨੰਗੇਜ ਢੱਕਣ ਦੇ ਕਾਬਲ ਅਜੇ ਵੀ ਨਹੀਂ ਹੋਏ। ਉਹਨੂੰ ਕਿੰਨੀ ਮੁਸ਼ਕਤ ਕਰਨੀ ਪੈਂਦੀ ਹੈ ਇੱਕ ਵੜੇਵੇਂ ਨੂੰ, ਆਪਾ ਭਾਵ ਖਤਮ ਕਰਨਾ ਪੈਂਦਾ ਹੈ ਕਈਆਂ ਦੀ ਇੱਜ਼ਤ ਢੱਕਣ ਵਾਸਤੇ। ਔਰ ਬੜਾ ਪਿਆਰਾ ਬਚਨ ਭਾਈ ਗੁਰਦਾਸ ਦਾ ਜਿਹੜੀ ਉਹ ਗੱਲ ਕਰਦੇ ਨੇ, ਫਿਰ ਕਹਿੰਦੇ ਕੈਂਚੀ ਕੱਟਣ ਕੱਟਿਆ ਸੂਈ ਧਾਗੇ ਜੋੜ ਸਵਾਇਆ, ਫਿਰ ਸੂਈ ਤੇ ਧਾਗੇ ਨਾਲ ਜੋੜਿਆ ਗਿਆ, ਸਟਿਚ ਕੀਤਾ ਗਿਆ। ਔਰ ਲੱਜਣ ਕੱਜਣ ਹੋਏ ਕਜਾਇਆ, ਲੱਜਣ ਦਾ ਭਾਵ ਹੈ ਲੱਜਾ, ਸਾਡੀ ਇੱਜ਼ਤ ਤੇ ਪੱਤ ਉਹਨੂੰ ਕੱਜਿਆ ਗਿਆ। ਔਰ ਇਹ ਮਾਰ ਇੱਕ ਵੜੇਵੇਂ ਨੂੰ ਸਹਿਣੀ ਪਈ, ਫਿਰ ਉਹ ਕੱਪੜਾ ਬਣਿਆ। ਹੋਏ ਵੜੇਵਾਂ ਜੱਗ ਵਿੱਚ ਬੀਜੇ ਤਨਖੇ ਨਾਲ ਰਲਾਇਆ, ਬੂਟੀ ਹੋਏ ਕਪਾਹ ਦੀ ਟਿੰਡੇ ਹਾਸਾ ਸਾਫ ਖਿੜਾਇਆ, ਦੋ ਮਿਲ ਵੇਲਣ ਵੇਲਿਆ ਲੂਣ ਨੂੰ ਕਰ ਕਰ ਤੁੰਬ ਤੁੰਬਾਇਆ, ਪਿੰਜਣ ਪਿੰਜ ਉਡਾਇਆ ਕਰ ਕਰ ਗੋੜੀ ਸੂਤ ਕਤਾਇਆ, ਤਣਬਣ ਖੁੰਬ ਚੜਾਏ ਗਏ ਦੇ ਦੇ ਦੁੱਖ ਧਵਾਏ ਰੰਗਾਇਆ, ਕੈਂਚੀ ਕੱਟਣ ਕੱਟਿਆ ਸੂਈ ਧਾਗੇ ਜੋੜ ਸਵਾਇਆ, ਔਰ ਲੱਜਣ ਕੱਜਣ ਹੋਏ ਕਜਾਇਆ। ਤੋ ਜਿਹੜਾ ਸ਼ਹੀਦਾਂ ਦਾ ਜੀਵਨ ਹੁੰਦਾ ਸਾਧ ਸੰਗਤ, ਇਸ ਤਰ੍ਹਾਂ ਦਾ ਸ਼ਹੀਦਾਂ ਦਾ ਜੀਵਨ ਹੁੰਦਾ ਹੈ, ਉਹ ਆਪਣੇ ਤਨ ਦਾ ਠੀਕਰਾ ਆਪਣੀ ਕੌਮ ਦੀਨ ਮਦਦ ਵਾਸਤੇ ਭੰਨ ਕੇ ਉਹ ਦੂਜਿਆਂ ਨੂੰ ਰੂਹਾਨੀਅਤ ਤੇ ਜ਼ਿੰਦਗੀ ਬਖਸ਼ ਦਿੰਦੇ ਨੇ। ਸਾਧ ਸੰਗਤ ਜਿਹੜੇ ਲਿਖ ਕੇ ਗਏ ਸਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਕੋਲ ਫੌਜ ਆਉਣ ਤੋਂ ਪਹਿਲਾਂ ਉਹ ਜਾਨਾਂ ਹੂਲ ਕੇ ਲੜੇ, ਕਿਸੇ ਦੀ ਛਾਤੀ ਤੀਰਾਂ ਨਾਲ ਬਿੰਨੀ ਪਈ ਹੈ, ਕਿਸੇ ਦਾ ਸਿਰ ਧੜ ਨਾਲੋਂ ਲੱਥ ਗਿਆ, ਕਿਸੇ ਦੀ ਲੱਤ ਤੇ ਬਾਂਹ ਵੱਢੀ ਗਈ, ਜੰਗ ਦੇ ਮੈਦਾਨ ਅੰਦਰ ਕੁਝ ਸਹਿ ਕਰੇ ਨੇ ਆਖਰੀ ਸਵਾਸਾਂ ਦੇ, ਬਹੁਤੇ ਸ਼ਹੀਦੀ ਦਾ ਜਾਮ ਪੀ ਗਏ ਨੇ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਉੱਚੀ ਟਿੱਬੀ ਤੇ ਸਭ ਕੁਝ ਦੇਖ ਰਹੇ ਨੇ। ਸਾਧ ਸੰਗਤ, ਵਜ਼ੀਰ ਖਾਨ ਨੇ ਕਪੂਰੇ ਚੌਧਰੀ ਤੋਂ ਪੁੱਛਿਆ, ਫੌਜਾਂ ਦੇ ਵਿੱਚ ਹਾਹਾਕਾਰ ਮੱਚ ਗਈ ਹੈ ਪਾਣੀ ਵਾਸਤੇ, ਪਾਣੀ ਕਿੱਥੇ ਮਿਲੇਗਾ? ਉਹਨੇ ਆਖਿਆ, ਜੇ ਤੇ ਅਗਾਂਹ ਜਾਓਗੇ ਤੇ 30 ਕੋਹਾਂ ਤੇ ਪਾਣੀ ਮਿਲੇਗਾ, ਜੇ ਪਿੱਛੇ ਨੂੰ ਮੁੜੋਗੇ ਤੇ ਤੁਹਾਨੂੰ 10 ਕੋਹ ਤੇ ਪਾਣੀ ਮਿਲੇਗਾ। ਇਹ ਇੱਕ ਉਹਦੀ ਨੀਤੀ ਤੇ ਚਾਲ ਸੀ। ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਉਹ ਪਿਆਰ ਕਰਦਾ ਸੀ ਵੀ ਜੇ ਮੈਂ ਅੱਗੇ ਆਖਿਆ ਪਾਣੀ ਥੋੜ੍ਹੀ ਦੂਰ ਮਿਲੇਗਾ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪਿੱਛਾ ਕਰੇਗਾ, ਜੇ ਪਿੱਛੇ ਕਹਾਂਗਾ ਔਰ ਇਹ ਫੌਜ ਲੈ ਕੇ ਪਿਛਾਂ ਮੁੜ ਜਾਏਗਾ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਅਗਾਂਹ ਨਿਕਲ ਜਾਣਗੇ। ਵਜ਼ੀਰ ਖਾਨ ਜਦੋਂ ਕਪੂਰੇ ਨੂੰ ਪੁੱਛਦਾ, ਉਹ ਕਹਿੰਦਾ ਅੱਗੇ ਜਾਓਗੇ ਤੇ ਪਾਣੀ 30 ਕੋਹਾਂ ਤੇ, ਪਿਛਾਂ ਮੁੜੋਗੇ ਤੇ 10 ਕੋਹ ਤੇ ਤੁਹਾਨੂੰ ਪਾਣੀ ਮਿਲੇਗਾ। ਔਰ ਸਾਧ ਸੰਗਤ, ਵਜ਼ੀਰ ਖਾਂ ਆਪਣੀਆਂ ਪਿਆਸੀਆਂ ਫੌਜਾਂ ਨੂੰ ਲੈ ਫਿਰ ਹਾਰ ਖਾ ਕੇ ਔਰ ਨਿਰਾਸ਼ਾ ਪਿਛਾਂ ਨੂੰ ਮੁੜਿਆ। ਗੁਰੂ ਗੋਬਿੰਦ ਸਿੰਘ ਸਾਹਿਬ ਨੇ 14 ਜੰਗਾਂ ਲੜੀਆਂ ਨੇ, 14 ਜੰਗਾਂ ਦੇ ਵਿੱਚੋਂ ਇਹ ਸ਼੍ਰੀ ਮੁਕਤਸਰ ਸਾਹਿਬ ਦੀ ਜੰਗ ਇਹ 14ਵੀਂ ਜੰਗ ਸੀ, ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸਭ ਤੋਂ ਅਖੀਰਲੀ ਜੰਗ ਸੀ ਸਾਧ ਸੰਗਤ ਤੇ। ਜਦੋਂ ਫੌਜਾਂ ਪਿਛਾਂ ਮੁੜ ਗਈਆਂ, ਗੁਰੂ ਗੋਬਿੰਦ ਸਿੰਘ ਸਾਹਿਬ ਉੱਚੀ ਟਿੱਬੀ ਤੋਂ ਥਾਂ ਆਏ, ਹੇਠਾਂ ਆ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਆਪਣੇ ਉਹਨਾਂ ਪਿਆਰੇ ਸਿੱਖਾਂ ਤੇ ਪ੍ਰਸੰਨ ਹੋਏ, ਖੁਸ਼ ਹੋਏ ਜਿਹੜੇ ਜਾਨਾਂ ਹੂਲ ਕੇ ਲੜੇ ਸਨ। ਔਰ ਸਾਧ ਸੰਗਤ, ਭਾਈ ਮਾਨ ਸਿੰਘ ਜਿਹੜਾ ਆਖਰੀ ਸਵਾਸਾਂ ਤੇ ਸਹਿਕ ਰਿਹਾ ਸੀ, ਗੁਰੂ ਗੋਬਿੰਦ ਸਿੰਘ ਸਾਹਿਬ ਉਹਦੇ ਕੋਲ ਪਹੁੰਚੇ, ਜਿਹਦਾ ਦਾੜਾ ਖੂਨ ਦੇ ਨਾਲ ਭਿੱਜ ਕੇ ਪੂਰੀ ਰੇਤਾ ਦੇ ਨਾਲ ਲਿਬੜਿਆ ਪਿਆ ਸੀ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣੇ ਕੱਪੜੇ ਦੇ ਨਾਲ ਉਹਦੇ ਮੁੱਖ ਨੂੰ ਸਾਫ਼ ਕਰ, ਗੁਰੂ ਗੋਬਿੰਦ ਸਿੰਘ ਸਾਹਿਬ ਨੇ ਪਛਾਣਿਆ ਭਾਈ ਮਾਨ ਸਿੰਘ, ਔਰ ਅੱਗੋਂ ਹਾਂ ਵਿੱਚ ਜਵਾਬ ਆਇਆ। ਗੁਰੂ ਸਾਹਿਬ ਨੇ ਆਪਣਾ ਸਿਰ, ਉਹਦਾ ਸਿਰ ਆਪਣੀ ਗੋਦ ਵਿੱਚ ਲੈ ਕੇ ਔਰ ਬੜੇ ਪਿਆਰ ਨਾਲ, ਮੈਂ ਤੇ ਕਹਿੰਦਾ ਧੰਨ ਭਾਈ ਮਾਨ ਸਿੰਘ, ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਤੁਸੀਂ ਆਪਣੇ ਪਿਤਾ ਉਹਨਾਂ ਦਾ ਹੱਥੀਂ ਸੰਸਕਾਰ ਨਹੀਂ ਕੀਤਾ, ਤੁਸੀਂ ਪੂਰੇ ਸਰੀਰ ਦਾ ਮਾਤਾ ਦਾ ਸੰਸਕਾਰ ਨਹੀਂ ਕੀਤਾ, ਪੁੱਤਰਾਂ ਦੇ ਮ੍ਰਿਤਕ ਸਰੀਰ ਪਏ ਤੇ ਕੋਲੋਂ ਦੀ ਲੰਘ ਆਏ, ਚੌਹਾਂ ਪੁੱਤਰਾਂ ਦੇ ਸਰੀਰਾਂ ਨੂੰ ਨਾ ਤੁਸੀਂ ਕਫਨ ਪਾਏ, ਨਾ ਤੁਸੀਂ ਅੰਤਮ ਕਿਰਿਆਵਾਂ ਕੀਤੀਆਂ, ਔਰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਨਾ ਤੁਸੀਂ ਹੱਥੀਂ ਚਿਖਾ ਚੁਣੀਆਂ ਤੇ ਨਾ ਤੁਸੀਂ ਲਾਂਬੂ ਲਾਏ, ਉਹ ਕਿੱਡਾ ਕੁ ਵਡਭਾਗਾ ਹੋਵੇਗਾ ਭਾਈ ਮਾਨ ਸਿੰਘ, ਉਹਦੇ ਸਿਰ ਨੂੰ ਸਤਿਗੁਰਾਂ ਆਪਣੀ ਗੋਦ 'ਚ ਰੱਖ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਖਿਆ,
ਪਿਆਰੇ ਸਿੱਖ ਨੂੰ ਮੰਗ ਕੀ ਮੰਗਦਾ ਹੈ। ਔਰ ਉਹਨੇ ਹੱਥ ਜੋੜ ਇੱਕ ਅਰਜ਼ ਕੀਤੀ, ਮਹਾਰਾਜ ਸਾਡੇ ਵੱਲੋਂ ਲਿਖਿਆ ਹੋਇਆ ਬਦਾਵਾ ਜਿਹੜਾ ਉਹ ਪਾੜ ਦਿਓ। ਔਰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਉਹਦੀਆਂ ਅੱਖਾਂ ਦੇ ਸਾਹਮਣੇ ਟੁੱਟੀ ਸੋਹ ਨਿਖੁੱਟੀ ਵਾਰ ਵਾਰ ਇਹ ਬਚਨ ਕਹਿ ਕੇ ਉਹਨਾਂ ਦਾ ਲਿਖਿਆ ਹੋਇਆ ਬਦਾਵਾ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਪਾੜ ਦਿੱਤਾ। ਸਾਧ ਸੰਗਤ ਜੀ ਜਿਹੜੇ ਸਿਆਹੀ ਨਾਲ ਲਿਖ ਕੇ ਗਏ ਸਨ, ਉਹਨਾਂ ਨੇ ਆਪਣੇ ਖੂਨ ਦੇ ਨਾਲ ਉਹ ਬਦਾਵਾ ਧੋ ਦਿੱਤਾ ਔਰ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਪੜਵਾ ਲਿਆ। ਇਹ ਜਿਹੜੀ ਜੰਗ ਸੀ, ਇਹ ਸਾਧ ਸੰਗਤ 30 ਪੋਹ 1705 ਈਸਵੀ ਸੰਨ ਨੂੰ ਹੋਈ ਸੀ। ਫਿਰ ਜਿਹੜਾ 1 ਮਾਘ ਦਾ ਦਿਨ ਪਿੱਛੇ ਆਪਾਂ ਜਿਉਂ ਕੇ ਲੰਘੇ ਹਾਂ, 1 ਮਾਘ ਨੂੰ ਸਾਰੇ ਸ਼ਹੀਦਾਂ ਦੀ ਚਿਖਾ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਆਪ ਚੁਣਦੇ ਨੇ। ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਗੋਦ ਵਿੱਚ ਭਾਈ ਮਾਹ ਸਿੰਘ ਸ਼ਹੀਦੀ ਦਾ ਜਾਮ ਪੀ ਜਾਂਦੇ ਨੇ, ਗੁਰੂ ਗੋਬਿੰਦ ਸਿੰਘ ਸਾਹਿਬ ਬਹੁਤ ਪ੍ਰਸੰਨ ਖੁਸ਼ ਆਪਣੇ ਉਹਨਾਂ ਪਿਆਰੇ ਸਿੱਖਾਂ ਦੀ ਕੁਰਬਾਨੀ ਧੋਂਦੇ ਨੇ। ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਾਲ ਜਿਨ੍ਹਾਂ ਨੇ ਜੰਗ ਦੇ ਮੈਦਾਨ ਅੰਦਰ ਜੂਝ ਕੇ ਬੜੀ ਬਹਾਦਰੀ ਦੇ ਨਾਲ ਆਪਣੀਆਂ ਜਾਨਾਂ ਮਾਰੀਆਂ, ਕਿਸੇ ਨੂੰ ਸਤਿਗੁਰੂ ਆਪਣਾ ਮੁਲਤਾਨ ਦਾ ਬਾਦਸ਼ਾਹ ਕਹਿੰਦੇ ਨੇ, ਕਿਸੇ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਇਹ ਖਿਤਾਬ ਦਿੰਦੇ ਨੇ। ਕਿਉਂਕਿ ਜਦੋਂ ਅੰਗਰੇਜ਼ੀ ਸਰਕਾਰ ਸੀ ਨਾ, ਉਦੋਂ ਇਹ ਖਿਤਾਬ ਬਦਲੇ ਗਏ। ਕਿਤੇ ਆ ਗਿਆ ਵਿਕਟੋਰੀਆ ਕ੍ਰਾਸ, ਉਹਦੇ ਤੋਂ ਬਾਅਦ ਅੱਜ ਵੀ ਜਿਹੜਾ ਪਰਮਵੀਰ ਚੱਕਰ ਦਿੱਤਾ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਜਦੋਂ ਜੰਗ ਦੇ ਮੈਦਾਨ ਅੰਦਰ ਆਪਣੇ ਸ਼ਹੀਦ ਹੋਏ ਪਿਆਰੇ ਸਿੱਖਾਂ ਨੂੰ ਦੇਖਦੇ ਨੇ ਤੇ ਕਿਸੇ ਨੂੰ ਸਤਿਗੁਰੂ ਜੀ 5000 ਦਾ ਖਿਤਾਬ ਦਿੰਦੇ ਨੇ, ਕਿਸੇ ਨੂੰ 10000 ਦਾ ਖਿਤਾਬ ਦਿੰਦੇ ਨੇ, ਕਿਸੇ ਨੂੰ 20000 ਦਾ ਖਿਤਾਬ ਦਿੰਦੇ ਨੇ, ਕਿਸੇ ਨੂੰ ਕਹਿੰਦੇ ਮੇਰਾ ਪਿਸ਼ੌਰ ਦਾ ਬਾਦਸ਼ਾਹ, ਇਹ ਮੇਰਾ ਮੁਲਤਾਨ ਦਾ ਬਾਦਸ਼ਾਹ, ਇਹ ਮੇਰਾ ਦਿੱਲੀ ਦਾ ਬਾਦਸ਼ਾਹ, ਇਤਿਆਦਿਕ ਖਿਤਾਬ ਦੇ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਇਹਨਾਂ ਸਾਰੇ ਸਿੱਖਾਂ ਨੂੰ ਨਵਾਜਦੇ ਨੇ। ਤੇ ਮਾਈ ਭਾਗ ਕੌਰ ਜਿਹਦੇ ਬਹੁਤ ਜ਼ਿਆਦਾ ਜ਼ਖਮ ਸਨ ਸਰੀਰ ਤੇ ਔਰ ਗੋਲੀ ਵੀ ਲੱਗੀ ਸੀ, ਗੁਰੂ ਸਾਹਿਬ ਨੇ ਮੱਲਮ ਪੱਟੀ ਕੀਤੀ ਔਰ ਮਾਤਾ ਭਾਗ ਕੌਰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਇਹ ਨਾਲ ਰਹੇ। ਔਰ ਸਾਧ ਸੰਗਤ ਦੇ ਤੋਂ ਬਾਅਦ ਫਿਰ ਇਹ ਨਦੇੜ ਤੱਕ, ਹਜ਼ੂਰ ਸਾਹਿਬ ਤੱਕ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਨਾਲ ਰਹਿੰਦੇ ਨੇ। ਉਹ ਇੱਕ ਵੱਖਰਾ ਪ੍ਰਸੰਗ ਹੈ। ਔਰ ਇਹਨਾਂ ਸਾਰੇ ਸ਼ਹੀਦਾਂ ਦੀ 1 ਮਾਘ ਵਾਲੇ ਦਿਨ ਚਿਖਾ ਚੁਣ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਅੰਤਿਮ ਕਿਰਿਆਵਾਂ ਕਰਕੇ ਆਪ ਆਪਣੇ ਹੱਥੀਂ ਲਾਂਬੂ ਲਾਇਆ ਸੀ। ਔਰ ਜਿਹੜੇ ਮੁਸਲਮਾਨਾਂ ਦੇ ਵਜ਼ੀਰ ਖਾਨ ਦੇ ਸਿਪਾਹੀ ਜਿਨ੍ਹਾਂ ਨੂੰ ਉਹ ਸਹਿਕਦਿਆਂ ਨੂੰ ਜੰਗ ਦੇ ਮੈਦਾਨ ਅੰਦਰ ਛੱਡ ਕੇ ਦੌੜ ਗਿਆ ਸੀ ਨਮੋਸ਼ੀ ਦਾ ਮਾਰਾ, ਉਹਨਾਂ ਨੂੰ ਮੱਲਮ ਪੱਟੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪ ਕੀਤੀ ਤੇ ਕਰਵਾਈ। ਔਰ ਜਿਹੜੇ ਮਰ ਚੁੱਕੇ ਸਨ ਉਹਨਾਂ ਨੂੰ ਸਾਧ ਸੰਗਤ ਸੁਪੁਰਦੇ ਖਾਕ ਇੱਥੇ ਹੀ ਕੀਤਾ ਗਿਆ ਉਹਨਾਂ ਦੇ ਧਰਮ ਦੇ ਮੁਤਾਬਕ। ਔਰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਇੱਕੋ ਵਚਨ ਆਪਣੀ ਜ਼ੁਬਾਨ ਤੋਂ ਆਖਿਆ ਸੀ, ਧੰਨ ਸਿੱਖੀ। ਔਰ ਉਸ ਖਜਰਾਣੇ ਦੀ ਢਾਬ ਨੂੰ ਨਾਮ ਦਿੱਤਾ ਗਿਆ ਮੁਕਤਸਰ ਦਾ। ਔਰ ਅੱਜ ਜਦੋਂ ਸਾਧ ਸੰਗਤ ਅਸੀਂ ਅਰਦਾਸ ਕਰਦੇ ਹਾਂ ਤੇ ਉਹਨਾਂ 40 ਸਿੰਘਾਂ ਦਾ ਨਾਮ ਅਸੀਂ ਬੜੇ ਅਦਰ ਸਤਿਕਾਰ ਦੇ ਨਾਲ ਲੈਂਦੇ ਹਾਂ, 5 ਪਿਆਰਿਆਂ, 4 ਸਾਹਿਬਜ਼ਾਦਿਆਂ, 40 ਮੁਕਤਿਆਂ। ਔਰ ਜਦੋਂ ਉਹਨਾਂ 40 ਮੁਕਤਿਆਂ ਦਾ ਨਾਮ ਆਉਂਦਾ ਹੈ ਤੇ ਸਾਡਾ ਜਿਹੜਾ ਸਿਰ ਹੈ ਉਹ ਬੜੇ ਅਦਰ ਸਤਿਕਾਰ ਨਾਲ ਝੁਕਦਾ ਹੈ। ਇੱਕ ਗੁਰਬਾਣੀ ਦਾ ਬੜਾ ਪਿਆਰਾ ਬਚਨ ਹੈ, 2 ਪੌੜੀਆਂ ਨੇ ਅਨੰਦ ਸਾਹਿਬ ਬਾਣੀ ਦੇ ਵਿੱਚ, ਤੁਹਾਡੀ ਰਸਨਾ ਤੇ ਉਹ ਬਚਨ ਰਹਿੰਦੇ ਨੇ, ਜੇ ਕੋ ਗੁਰ ਤੇ ਬੇਮੁੱਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ। ਜਿਹੜਾ ਗੁਰੂ ਤੋਂ ਬੇਮੁੱਖ ਹੋ ਜਾਏ ਉਹ ਗੁਰੂ ਤੋਂ ਬਿਨਾਂ ਕਦੀ ਮੁਕਤ ਨਹੀਂ ਹੋ ਸਕਦਾ। ਜੇ ਕੋ ਗੁਰ ਤੇ ਬੇਮੁੱਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਏ, ਪਾਵੇ ਮੁਕਤ ਨਾ ਹੋਰ ਥੈ ਕੋਈ, ਪੁੱਛੋ ਬਿਬੇਕੀਆਂ ਜਾਏ ਅਨੇਕ ਜੁਨੀ ਭਰਮ ਆਵੇ। ਬਿਨ ਸਤਿਗੁਰ ਮੁਕਤ ਨਾ ਪਾਏ, ਫਿਰ ਮੁਕਤ ਪਾਏ ਲਾਗ ਚਰਨੀ, ਸਤਿਗੁਰੂ ਸ਼ਬਦ ਸੁਣਾਏ ਕਹਿ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨਾ ਪਾਏ। ਤੇ ਇਹਦੇ ਨਾਲ ਹੀ ਇੱਕ ਬਚਨ ਹੈ ਹੋਰ 3 ਪਾਤਸ਼ਾਹ ਦਾ, ਉਹਦੇ 'ਚ ਕਹਿੰਦੇ ਨੇ ਜੇ ਕੋ ਸਿੱਖ ਗੁਰੂ ਸੇਤੀ ਸਨਮੁੱਖ ਹੋਵੇ। ਜਿਹੜਾ ਸਿੱਖ ਗੁਰੂ ਆਪਣੇ ਦੇ ਸਨਮੁੱਖ ਹੋ ਜਾਵੇ, ਔਰ ਹੋਵੇ ਤਾਂ ਸਨਮੁੱਖ ਸਿੱਖ ਕੋਈ, ਜਿਉਂ ਰਹਿ ਗੁਰ ਨਾਲੇ, ਗੁਰ ਕੇ ਚਰਨ ਹਿਰਦੈ ਧਿਆਏ,
ਅੰਤਰ ਆਤਮੈ ਸੰਭਾਲੈ ਆਪ ਛੱਡ ਸਦਾ ਰਹਿ ਪਰਣੇ ਗੁਰਬਿਨ ਅਵਰ ਨਾ ਜਾਣੈ ਕੋਏ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ। ਜਿਹੜਾ ਆਪਣੇ ਗੁਰੂ ਦੇ ਸਨਮੁਖ ਹੁੰਦਾ ਹੈ ਔਰ ਜਿਹੜਾ ਆਪਣੇ ਗੁਰੂ ਦੇ ਬਚਨ ਨੂੰ ਮੰਨਦਾ ਹੈ, ਮਹਾਰਾਜ ਬਾਣੀ ਚ ਕਹਿੰਦੇ ਨੇ ਸੋ ਸਿੱਖ ਸਖਾ ਬੰਧਪ ਹੈ ਭਾਈ। ਜੇ ਗੁਰ ਕੇ ਭਾਣੇ ਵਿੱਚ ਆਵੇ ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ। ਜਿਹੜੇ ਲਿਖ ਕੇ ਦੇ ਗਏ ਸੰਸਾਰ ਸੰਗਤ ਉਹਨਾਂ ਨੇ ਕਕਾਰ ਨਹੀਂ ਸਨ ਲਾਏ, ਅੰਮ੍ਰਿਤ ਭੰਗ ਨਹੀਂ ਸੀ ਕੀਤਾ, ਉਹਨਾਂ ਨੇ ਕਕਾਰ ਵੀ ਪਾਏ ਸਨ ਪਰ ਉਹ ਦੁਬਾਰਾ ਫਿਰ ਆ ਗਏ। ਸਾਧ ਸੰਗਤ ਮੈਂ ਤੇ ਕਹਿਣਾ ਜਦੋਂ ਅਸੀਂ ਉਹਨਾਂ ਬੇਦਾਵੇ ਵਾਲਿਆਂ ਦੀ ਗੱਲ ਕਰਦੇ ਹਾਂ, ਮੈਨੂੰ ਤੇ ਕਈ ਉਹ ਵੀ ਪ੍ਰਤੀਤ ਹੁੰਦੇ ਨੇ ਜਿਨ੍ਹਾਂ ਨੇ ਬੇਦਾਵੇ ਲਿਖ ਕੇ ਆਪਣੇ ਮੂੰਹਾਂ ਤੇ ਲਾਏ ਹਨ। ਗੁਰੂ ਗੋਬਿੰਦ ਸਿੰਘ ਸਾਹਿਬ ਤੂੰ ਸਾਡਾ ਗੁਰੂ ਨਹੀਂ ਤੇ ਅਸੀਂ ਤੇਰੇ ਸਿੱਖ ਨਹੀਂ। ਭਾਈ ਉਹਨਾਂ ਨੇ ਤੇ ਆਪਣੇ ਖੂਨ ਦੇ ਨਾਲ ਧੋ ਦਿੱਤਾ ਬੇਦਾਵਾ, ਪਰ ਆਓ ਜੇ ਖੰਡੇ ਬਾਟੇ ਦੀ ਪੌਲ ਨਹੀਂ ਲਈ, ਖੰਡੇ ਬਾਟੇ ਦੀ ਪੌਲ ਲਈਏ, ਤਿਆਰ ਬਰ ਤਿਆਰ ਸਿੰਘ ਬਣੀਏ, ਦਾੜੀ ਤੇ ਕੇਸ ਰੱਖੀਏ, ਬਾਣੀ ਤੇ ਬਾਣੇ ਦੇ ਧਾਰਨੀ ਹੋ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪੁੱਤਰਾਂ ਦੇ ਵਿੱਚ ਸ਼ਾਮਿਲ ਹੋਈਏ। ਕਿਉਂਕਿ ਜੇ ਅਸੀਂ ਬੜੇ ਮਾਣ ਦੇ ਨਾਲ ਇਹ ਗੱਲ ਕਹਿੰਦੇ ਹਾਂ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਅਸੀਂ ਪੁੱਤਰ ਹਾਂ ਤੇ ਸਾਡੇ ਗੁਰੂ ਨੇ ਆਪ ਖੰਡੇ ਬਾਟੇ ਦੀ ਪੌੜ ਲਈ ਹੈ, ਕਦੇ ਬਣਦੇ ਇਤਿਹਾਸ ਨਹੀਂ ਇਸ ਗੱਲੋਂ ਕਿ ਅਸੀਂ ਰਾਜਿਆਂ ਦੇ ਬਹੁਤੇ ਪੂਰ ਜੰਮੇ, ਆਉਣ ਵਾਲੀਆਂ ਨਸਲਾਂ ਹੀ ਪੁੱਛਣਾ ਹੈ ਕਿਹੜੀ ਕੌਮ ਨੇ ਕਿੰਨੇ ਮਨਸੂਰ ਜੰਮੇ। ਕੌਮਾਂ ਉਹੀ ਜੱਗ ਤੇ ਜਿਉਂਦੀਆਂ ਨੇ ਜਿਨ੍ਹਾਂ ਕੌਮਾਂ ਨੂੰ ਮਰਨ ਦਾ ਝੱਲ ਪੈ ਜਾਏ ਮੁੱਲ ਪੈਂਦਾ ਸਦਾ ਕੁਰਬਾਨੀਆਂ ਦਾ, ਭਾਵੇਂ ਅੱਜ ਪੈ ਜਾਏ ਭਾਵੇਂ ਕੱਲ੍ਹ ਪੈ ਜਾਏ। ਭੁੱਲਾਂ ਮੇਰੀਆਂ ਬਚਨ ਸਤਿਗੁਰੂ ਜੀ ਦੇ, ਸਾਰੀਆਂ ਸੰਗਤਾਂ ਦਾ ਧੰਨਵਾਦ, ਤੁਸੀਂ ਬੜੀ ਇਕਾਗਰਤਾ ਦੇ ਨਾਲ ਸ਼੍ਰਵਣ ਕੀਤਾ ਹੈ, ਕੋਟਾਨ ਕੋਟ ਧੰਨਵਾਦ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ। ਪਾਓ ਫਤਿਹ ਦੀ ਸਾਂਝ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।